مش أزمة فضیلت دا اس تو ایک یا دو میں سلام پوری توجہ نال مجلس سننی ہے میں بڑا ڈھیر سفر کر کے حاضر ہویا تے بیدار ہو کے بڑا نصیب والا بندہ ہے جس بندے نو ذکر امام حسین علیہ السلام نصیب ہوندا ہے بھائی تساں بارش نہیں ویکھنی پوری توجہ نال بڑا بخت والا وہ بندہ ہے جس بندے دے پیر دا نام علی ہے سلامت رہو بھائی
ਹਰ ਅਲੀ ਉਨ ਵਲੀਉੱਲਾ ਪੜਨ ਵਾਲੇ ਦਾ ਅਲੀ ਇਮਾਮ ਹੈ। ਸਾਨੂੰ ਆਪਣੇ ਅੱਲਾਹ ਤੇ ਪੂਰਾ ਫਖਰ ਹੋਣਾ ਚਾਹੀਦਾ ਜੋ ਸਾਨੂੰ ਅੱਲਾਹ ਨੇ ਇੱਕ ਇਮਾਮ ਨਹੀਂ 12 ਇਮਾਮ ਅਤਾ ਕੀਤੇ। ਫਿਰ 12 ਦੇ 12 ਮੁਹੰਮਦ, 12 ਦੇ 12 ਵਲੀ, 12 ਦੇ 12 ਸਖੀ, 12 ਦੇ 12 ਲਜਪਾਲ ਭਾਈ ਜਿਹੜਾ ਅਲੀ ਦਾ ਖਾਂਦਾ ਹੱਕ ਹਲਾਲ ਕਰਦਾ ਜਾਵੇ। 1400 ਸਾਲ ਹੋ ਗਏ ਨੇ, ਅਜੇ ਤਾਈਂ ਬੰਦਿਆਂ ਨੂੰ ਪਤਾ ਨਹੀਂ ਲੱਗਾ ਇਸ ਘਰ ਚ ਵੱਡਾ ਕਿਹੜਾ ਹੈ ਤੇ ਛੋਟਾ ਕਿਹੜਾ ਹੈ। ਆਏ ਹਾਏ ਹਾਏ, ਮਿਲ ਕੇ ਭਾਈ ਮਿਲ ਕੇ ਯਾ ਅਲੀ ਅਲੈਹਿਸ ਸਲਾਮ, ਇਸ ਘਰ ਚ ਇੱਕ ਸਾਰਿਆਂ ਤੋਂ ਵੱਡਾ ਹੈ ਔਰ ਇੱਕ ਸਾਰਿਆਂ ਤੋਂ ਛੋਟਾ ਹੈ। ਜਿਹੜਾ ਸਾਰਿਆਂ ਤੋਂ ਵੱਡਾ ਨਾ ਉਹ ਛੋਟੇ ਨੂੰ ਹਾਂ ਨਾ ਲਾ ਕੇ ਆਉਂਦਾ, ਤੂੰ ਮੇਰੇ ਵਿੱਚੋਂ ਹੈ ਮੈਂ ਤੇਰੇ ਵਿੱਚੋਂ ਆ। ਵੈਸੇ ਵੀ ਅੰਕਲ ਮੇਰੀ ਜ਼ਾਕਰੀ ਦਾ ਇੱਕ ਅੰਦਾਜ਼ ਹੈ ਕਿ ਜਦੋਂ ਵੀ ਮੈਂ ਆਕਾ ਇਮਾਮ ਹੁਸੈਨ ਅਲੈਹਿਸ ਸਲਾਮ ਦਾ ਜ਼ਿਕਰ ਸ਼ੁਰੂ ਕਰਾਂ ਜਾਂ ਅੱਲਾਹ ਦੇ ਪਾਕ ਕਲਾਮ ਤੋਂ ਜਾਂ 14 ਦੇ ਫਰਮਾਨ ਤੋਂ, ਤਾਂ ਮੌਲਾ ਦਾ ਫਰਮਾਨ ਸਾਹਮਣੇ ਜ਼ਿਹਨ ਵਿੱਚ ਆ ਗਿਆ, ਪੜ੍ਹ ਦੇਣਾ। 12ਵੇਂ ਮੌਲਾ ਫਰਮਾ ਰਹੇ ਨੇ, ਇੱਕ ਦੋ ਫਰਮਾਨ ਪੜ੍ਹਦੇ ਨੇ ਬਸ ਜਲਦੀ ਨਾਲ। 12ਵੇਂ ਮੌਲਾ ਫਰਮਾ ਰਹੇ ਨੇ, ਮੇਰੇ ਦਾਦੇ ਦਾ ਅਜ਼ਾਦਾਰ ਮੇਰੇ ਦਾਦੇ ਦੀ ਮਜਲਿਸ ਵਿੱਚ ਆ ਜਾਵੇ ਨਾ, ਵਤ ਬਸ ਅਸੀਂ 12 ਇਹ ਇੰਤਜ਼ਾਰ ਕਰਨੇ ਆ ਜੋ ਅਲੀ ਅਲਾ ਕੁਝ ਮੰਗੇ ਤੇ ਅਸੀਂ ਮੁਹੰਮਦ ਅਤਾ ਕਰੀਏ। ਬੇਦਾਰ ਹੋ ਕੇ ਮੌਲਾ ਤੁਹਾਨੂੰ ਸਲਾਮਤ ਰੱਖੇ, ਮੌਲਾ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ ਬਾਈ, ਜਜ਼ਾਕ ਅੱਲਾ। ਮੈਂ 6ਵੇਂ ਮੌਲਾ ਦੀ ਹਦੀਸ ਪੜ੍ਹ ਦੇਣਾ। 6ਵੇਂ ਮੌਲਾ ਫਰਮਾ ਰਹੇ ਨੇ, ਮੇਰੇ ਦਾਦੇ ਦਾ ਅਜ਼ਾਦਾਰ ਸਾਦਿਕ ਮੌਲਾ ਫਰਮਾ ਰਹੇ ਨੇ, ਮੇਰੇ ਦਾਦੇ ਦਾ ਅਜ਼ਾਦਾਰ ਮੇਰੇ ਦਾਦੇ ਦੀ ਮਜਲਿਸ ਵਿੱਚ ਆ ਕੇ ਸਿਰ ਮੁਸਕੁਰਾ ਦੇਵੇ। 6ਵੇਂ ਮੌਲਾ ਫਰਮਾ ਰਹੇ ਨੇ, 6 ਮਹੀਨੇ ਦੀ ਨਮਾਜ਼ ਸ਼ਬ ਤੋਂ ਅਫਜ਼ਲ ਇਬਾਦਤ ਹੈ। ਭਾਈ ਮਜਲਿਸ ਹੁਸੈਨ ਚ ਬੋਲਣ ਨਾਲ ਇੱਜ਼ਤ ਵਧਦੀ ਏ, ਘਟਦੀ ਨਹੀਂ। ਹਰ ਬੰਦਾ ਮਜਲਿਸ ਹੁਸੈਨ ਚ ਨਹੀਂ ਆ ਸਕਦਾ, ਹਰ ਬੰਦਾ ਮਜਲਿਸ ਹੁਸੈਨ ਚ ਨਹੀਂ ਬੋਲ ਸਕਦਾ। ਫਕਤ ਉਹ ਬੰਦਾ ਆਉਂਦਾ ਤੇ ਫਕਤ ਉਹ ਬੰਦਾ ਬੋਲਦਾ ਜਿਸ ਤੇ 14 ਦੀ ਅਤਾ ਹੋਵੇ। 6ਵੇਂ ਮੌਲਾ ਕੋਲ ਇੱਕ ਬੰਦਾ ਆਇਆ, ਉਸ ਆਖਿਆ ਮੌਲਾ ਮੌਲਾ ਜਬ ਵੀ ਕੋਈ ਆਪਕੇ ਦਾਦਾ ਕਾ ਜ਼ਿਕਰ ਕਰੇ, ਮੌਲਾ ਜਬ ਵੀ ਕੋਈ ਆਪਕੇ ਦਾਦਾ ਕਾ ਜ਼ਿਕਰ ਕਰੇ, ਮੌਲਾ ਮੈਂ ਬਹੁਤ ਖੁਸ਼ ਹੋਤਾ ਹੂੰ, ਮੌਲਾ ਮੇਰਾ ਦਿਲ ਬਹੁਤ ਖੁਸ਼ ਹੋਤਾ ਹੈ। ਮੌਲਾ ਫਰਮਾਇਆ ਵਾ ਤੇਰੇ ਤੇ ਦੋ ਜ਼ਿੰਮੇਦਾਰੀਆਂ ਨੇ, ਮੌਲਾ ਫਰਮਾਇਆ ਵਾ ਤੇਰੇ ਤੇ ਦੋ ਜ਼ਿੰਮੇਦਾਰੀਆਂ, ਮੈਂ ਬੰਦਾ ਵੇਖਾਂਗਾ ਜਿਹੜੀ ਅਲੀ ਦਾ ਖਾਂਦਾ ਹੋਵੇ ਤੇ ਚੁੱਪ ਕਰ ਜਾਵੇ। ਉਸ ਆਖਿਆ ਮੌਲਾ ਕਿਹੜੀ ਕਿਹੜੀ ਜ਼ਿੰਮੇਦਾਰੀ? ਮੌਲਾ ਫਰਮਾਇਆ ਪਹਿਲੇ ਘਰ ਜਾ ਕੇ ਅੱਲਾ ਦਾ ਸ਼ੁਕਰੀਆ ਅਦਾ ਕਰ ਜਿਸ ਤੇਰੇ ਦਿਲ ਚ ਮੁਹੱਬਤ ਅਹਿਲੇ ਬੈਤ ਰੱਖੀ, ਵਤ ਮਾਂ ਦਾ ਸ਼ੁਕਰੀਆ ਅਦਾ ਕਰ ਜਿਸ ਤੈਨ ਹਲਾਲ ਜ਼ਿਆਦਾ ਜਮਿਆ। ਭਾਈ ਜਿਦਾ ਅਲੀ ਇਮਾਮ ਮਿਲ ਕੇ ਬੋਲੋ ਪਾਕ ਨਬੀ ਨੇ ਮੱਕੇ ਤੋਂ ਹਿਜਰਤ ਕਰਕੇ ਮਦੀਨੇ ਆ ਕੇ ਡੇਰੇ ਲਾਏ। ਪਾਕ ਨਬੀ ਮਸਜਿਦ ਨਬਵੀ ਦੇ ਅੰਦਰ ਬਹਿ ਗਏ, ਚਮਾਂ ਪਾਸੋਂ ਪਾਕ ਨਬੀ ਦੀ ਉਮਤ ਬੈਠੀ ਹੈ। ਪਾਕ ਨਬੀ ਆਪਣੀ ਉਮਤ ਨੂੰ ਆਖਿਆ, ਜਾਓ ਮੈਂ ਮੁਹੰਮਦ ਪਿਆਂ ਦਾ ਮਦੀਨਾ ਦੇ ਅੰਦਰ ਐਲਾਨ ਕਰ ਦਿਓ ਜੋ ਅੱਲਾਹ ਦੀ ਪੂਰੀ ਕਾਇਨਾਤ ਵਿੱਚ ਕੋਈ ਐਸਾ ਮਰਜ਼ ਬਣਿਆ ਨਹੀਂ ਜਿਹਦਾ ਮੈਂ ਮੁਹੰਮਦ ਕੋਲ ਇਲਾਜ ਨਾ ਹੋਵੇ। ਓਏ ਹੋਏ, ਪਾਕ ਨਬੀ ਫਰਮਾਇਆ ਪਰ ਉਸਦੀ ਇੱਕ ਸ਼ਰਤ ਹੈ, ਉਸਦੀ ਇੱਕ ਸ਼ਰਤ ਹੈ, ਆਵੇ ਮੇਰੇ ਕੋਲ ਨੀਅਤ ਨਾਲ। ਉਸਦੀ ਇੱਕ ਸ਼ਰਤ ਹੈ, ਆਵੇ ਮੇਰੇ ਕੋਲ ਨੀਅਤ ਨਾਲ। ਪਾਕ ਨਬੀ ਮਸਜਿਦ ਨਬਵੀ ਦੇ ਦਰਮਿਆਨ ਚ ਬਹਿ ਗਏ ਤੇ ਚਵਾਂ ਪਾਸੋਂ ਪਾਕ ਨਬੀ ਦੀ ਉਮਤ ਬੈਠੀ ਹੈ। ਹੁਣ ਤਵੱਜੋ ਨਾਲ, ਪਾਕ ਨਬੀ ਦੇ ਹੱਥ ਤੇ ਇੱਕ ਸ਼ਹਿਦ ਦੀ ਮੱਖੀ ਆ ਕੇ ਬੈਠੀ ਹੈ। ਤਵੱਜੋ ਨਾਲ, ਸ਼ਹਿਦ ਦੀ ਮੱਖੀ ਆ ਕੇ ਬੈਠੀ ਹੈ। ਤਾਂ ਪਾਕ ਨਬੀ ਫਰਮਾਇਆ, ਮੇਰੀ ਉਮਤ ਆਲਿਓ, ਅਗਰ ਤੁਸੀਂ ਆਖੋ ਤਾਂ ਅੱਜ ਮੈਂ ਮੁਹੰਮਦ ਤੁਹਾਨੂੰ ਇਸ ਮੱਖੀ ਦੀ ਗੱਲਾਂ ਨਾ ਸੁਣਾਵਾਂ।
پاک نبی فرمایا اے مکھی، اے گل کوئی نہیں کرے گا، پاک نبی فرمایا اے مکھی میں محمد نو تا پتہ ہے پر میری امت نو دس، جدا تو صبح صبح اپنے گھروں نکلنی ہے ہر باغ ہر گلشن ہر پھول تو رس اکٹھا کر کے جدا واپس اپنے گھر چ آ جانی ہے وہ تو شہد میں بنا لینی ہے۔ آئے آئے پاک نبی فرمایا ہر پھول دا ذائقہ اپنا اپنا، کسے دا میٹھا کسے دا کڑوا، کروڑ سلام مکھی دے جواب نو بھائی جڑا علی دا کھاندا ہے حق حلال کردا جاوے۔ پاک نبی دی امتاں دی اسی اپنے کنوں سنیا تا مکھی پرواز کر کے پی آندی ہے سونا نبی پیارا نبی، جدوں میں صبح صبح اپنے گھروں نکلنی ہاں ہر باغ ہر گلشن ہر پھول تو رس اکٹھا کر کے جدا میں واپس اپنے گھر چ آ جانی ہاں میں تیرے تے تیری آل تے درود پڑھنی ہاں اللہ شہد بنا چھوڑ دے۔ اللہ پھر اتھے ہی میں تن چھویں مولا دا فرمان سنا کے سلام کرا۔ چھویں مولا فرما رہے نے جیڑا ساڈا شیعہ ہے بھائی، جیڑا ساڈا شیعہ ہے، پوری توجہ نال میں بڑا ڈھیر سفر کر کے آیا بھائی، بس آخری جملے دی میں قیمت دے دینا پوری توجہ نال۔ چھویں مولا فرما رہے نے جیڑا ساڈا ازادار ہے، جیڑا ساڈا شیعہ ہے، چھویں مولا فرما رہے نے کلیا میں دساں گا، کلیاں میں دساں گا، عمل تے آپ کرنا ہے۔ آئے ہائے چھویں مولا فرما رہے نے اکثر تسی جڑے بزرگ بیٹھے ہو اکثر تسی دکان کولو شہد لیندے ہو، سو شہد لیندے ہو نا دکان کولو، بولو بھائی لگتا تھوڑے لوگ لیندے ہو شہد لیندے ہو نا۔ چھویں مولا فرما رہے نے اگر تسی معلوم کرنا ہوئے او شہد خالص ہے کہ نہیں، چھویں مولا فرما رہے نے کلیاں میں دساں گا، عمل تے آپ کرنا ہے۔ بھائی پوری توجہ نال، پوری توجہ نال ایک صلوات بلند آواز نال پڑھو، اللہ پوری توجہ نال مولا دے ذاکر آ گئے، پوری توجہ نال بھائی۔ چھویں مولا فرما رہے نے کلیاں میں دساں گا، عمل تے آپ کرنا ہے۔ مولا فرما رہے نے اگر تسی معلوم کرنا ہو، انکل جی پلیز آپ مجھے دیکھیں، مولا تن سلامت رکھے۔ چھویں مولا فرما رہے نے اگر تسی معلوم کرنا ہوئے اے شہد خالص ہے کہ نہیں، چھویں مولا فرما رہے نے کلیاں میں دساں گا، عمل تے آپ کرنا ہے۔ چھویں مولا فرما رہے نے ایک روٹی دا ٹکڑا لے لو، اس روٹی دے ٹکڑے دے اُتے لاؤ شہد تے سٹو کتے دے اگے، جے کھا لوے سمجھو اس وچ ملاوٹ ہے، جے نہ کھاوے سمجھو اس وچ ملاوٹ نہیں۔ کروڑ سلام مولا دی فضیلت نو سائل سوال کیتا مولا اس دی وجہ، مولا فرمایا سن شہد دی مکھی پڑدی ہے شہد تے درود، تے جس چیز تے درود پڑیا جاوے او شے ہو جاندی ہے پاک، تے پاک شے دے نیڑے کتا آ نہیں سکدا۔ یا علی علیہ السلام، بس اتنا ہی پڑھنا ہے فضا ہے ازادارا مسلمانہ، اتنا علی دے پتلاں نو نہیں ماریا جتنا علی دیاں دھیاں نو ماریا۔ او میں صدقے ہو جاواں، میں آقا امام حسین علیہ السلام دا چھوٹا جا ذاکرہ تیرا مہمان آ، میں دعا دے کے جا رہا میرا اللہ جنہیں ہائے کیتی ہے او دی نسل آباد ہو۔ بزرگ پڑھتے ہوندے آن علی دے پتراں نو ہک جا تے مارے، علی دیاں دھیاں نو چھتی بازاراں وچ مارے۔ او میں صدقے ہو جاواں، نہ ہویا شام، او میں صدقے ہو جاواں حوصلے نال، نہ ہویا شام نہ رلنا علی بادشاہ دیاں دھیا۔ ایک جملہ ذہن وچ آ گیا میں پڑھ دینا، ایک عالم دین نہیں انہاں دا جملہ ذہن وچ آ گیا، میں اتنا پتہ میں جملہ آکھاں گا ہر بندے دی ہائے نکلا سی۔ ایک عالم دین نہیں انہاں فرمایا مجلس تو ایک دن پہلے نا، مجلس تو ایک دن پہلے امام سجاد علیہ السلام ہر ازادار دے گھر ونج کے نا ہر ازادار نو مجلس دی دعوت دیندے نے، جو کل میرے بابے حسین مظلوم دی مجلس سے تو سا ضرور آوے آئے۔ بات کوئی ازادار ہائے کرتا ہے یا رون ہے بات چون سالہ دی بہن نکے نکے حق بن کے آ رہی ہے سجاد، اگر یہ ازادار شام غریبا دی رات ہو منا شمر میرے دوڑتا نہ لٹے آ۔ میں صدقے ہو جاؤں، میں صدقے ہو،
ਵਤ ਪਾਕ ਬੀਬੀ ਆਲੀਆ ਸਲਾਮੁੱਲਾ ਅਲੈ ਹਵਾਦਾ ਕਰਦੇ ਨੇ, ਜਿਹੜੇ ਇਸ ਮੌਸਮ ਵਿੱਚ ਮੇਰੀ ਚਾਦਰ ਨੂੰ ਰੋਵਣ ਆਇਓ। ਮੈਂ ਮਾਸ਼ਰਾਲੇ ਦਿਹਾੜੇ ਕਿਸੇ ਜ਼ਾਦਾਰ ਨੂੰ ਰੋਣ ਨਾ ਦੇਸਾਂਗੀ। ਮੈਂ ਸਿਰਫ ਦੋ ਵਹਿਣ ਉਸ ਬੀਬੀ ਦੇ ਕਰਨੇ ਨੇ, ਜਿਸ ਬੀਬੀ ਦੀ ਜ਼ਿੰਦਗੀ ਥੋੜ੍ਹੀ ਤਾਂ ਦੁੱਖ ਢੇਰ। ਅਮੀਰ ਉਹ ਬੰਦਾ ਜਿਹਦੀ ਹਾਏ ਨਹੀਂ ਨਿਕਲੀ। ਲਫ਼ਜ਼ ਤਬਦੀਲ ਕਰਾਂ, ਉਸ ਬੀਬੀ ਦੀ ਗੁਰਬਤ ਪੜ੍ਹਨੀ ਹੈ ਜਿਹੜੀ ਬੀਬੀ ਕਰਬਲਾ ਤੋਂ ਲੈ ਕੇ ਸ਼ਾਮ ਤਾਈਂ ਕਾਤਿਲ ਨੂੰ ਆਉਂਦੀ ਰਹੀ ਹੈ, ਮੇਰੇ ਮੂੰਹ ਤੇ ਨਾ ਮਾਰ ਮੇਰੇ ਬਾਬੇ ਦੀ ਬਹੁਤ ਸਾਰਾ ਆਏ। ਉਹ ਮੈਂ ਸਦਕੇ ਹੋ ਜਾਵਾਂ, ਗੁਰਲਾਲ ਜੀ ਜ਼ਿੰਦਗੀ ਦਾ ਪਤਾ ਕੋਈ ਨਹੀਂ। ਅਜ਼ਾਦਾਰਾ ਬਾਜ਼ਾਰੇ ਸ਼ਾਮ ਵਿੱਚ ਜਿਨ ਸਭ ਤੋਂ ਢੇਰ ਮਾਰਿਆ ਨੇ ਨਾ, ਤੇ ਜਿਹੜੀ ਸਭ ਤੋਂ ਢੇਰ ਜ਼ਖਮੀ ਬੀਬੀ ਹੋਈ ਏ, ਉਹ ਆਕਾ ਇਮਾਮ ਹੁਸੈਨ ਅਲੈ ਸਲਾਮ ਦੀ 4 ਸਾਲਾਂ ਦੀ ਧੀ ਸਕੀਨਾ। ਮੈਂ ਸਦਕੇ ਹੋ ਜਾਵਾਂ। ਔਰ ਮੌਲਾ ਅਲੀ ਅਸਗਰ ਦੀ ਭੈਣ ਆਈ, ਪੂਰਾ ਮਜਮਾ ਸਵਾਲ ਕਰੇ, ਪੁੱਤਰ ਇਹ ਦੱਸਾਂ ਜਦਾਂ ਬਾਜ਼ਾਰੇ ਸ਼ਾਮ ਵਿੱਚ ਸਾਰੀਆਂ ਬੀਬੀਆਂ ਨੂੰ ਪੱਥਰ ਲੱਗੇ, ਬਤ ਮੇਰੀ ਐਸੇ ਢੇਰ ਜ਼ਖਮੀ ਕਿਉਂ ਹੋਈ? ਔਲਾਦ ਵਾਲਾ ਸੱਤਰ ਔਖੀ ਬਰਦਾਸ਼ਤ ਕਰ ਸੀ, ਬਾਜ਼ਾਰ ਸਾਰੀਆਂ ਬੀਬੀਆਂ ਸਿਰ ਝੁਕਾ ਕੇ ਪੱਥਰ ਛੱਲੇ, ਇਸ ਮੇਰੀ ਸੈਣ ਸਿਰ ਚਾਹ ਕੇ ਪੱਥਰ ਛੱਲੇ। ਸਵਾਲ ਕਰੋ ਸਿਰ ਕਿਉਂ ਚਾਹੁੰਦੀ ਹਾਈ, ਔਰਤਾਂ ਨੂੰ ਆਉਂਦੀ ਆਈ ਨਾ ਮਾਰੋ ਮੈਂ ਤੇਰੇ ਨਬੀ ਦੀਆਂ। ਮਰਹਬਾ ਮਰਹਬਾ, ਨਾ ਮਾਰੋ ਮੈਂ ਤੇਰੇ ਰਸੂਲ ਦੀ ਧੀਆਂ। ਔਰ ਅਜ਼ਾਦਾਰਾ, ਕਾਇਨਾਤ ਚ ਕੋਈ ਐਸੀ ਧੀ ਵੀ ਖਾ ਜਿਸ ਦੇ ਬਾਬੇ ਦਾ ਕਟਿਆ ਹੋਇਆ ਸਰ ਉਸ ਦੀ ਝੋਲੀ ਵਿੱਚ ਆਵੇ, ਤੋ ਫਿਰ ਕਿਵੇਂ ਨਾ ਕਮਰ ਝੁਕੇ, ਕਿਵੇਂ ਨਾ ਸਰ ਦੇ ਵਾਲ ਸਫੈਦ ਹੋਵੇ। ਇੱਕ ਜੁਮਲਾ ਸੁਣ ਲਓ, ਮੈਂ ਕਿਤੇ ਹੀ ਨਹੀਂ ਇਹ ਜੁਮਲਾ ਪੜਿਆ, ਦਿਲ ਕਰ ਰਿਹਾ ਮੈਂ ਪੜ ਦੇਵਾਂ। ਅਜ਼ਾਦਾਰੋ, ਤੇਰੇ ਤੇ ਮੇਰੇ ਚੌਥੇ ਮੌਲਾ ਕੋਲੋਂ ਨਾ ਕਿਸੇ ਬੰਦੇ ਪੁੱਛਿਆ, ਮੌਲਾ ਸੱਜਾਦ ਕੋਲੋਂ ਕਿਸੇ ਬੰਦੇ ਪੁੱਛਿਆ, ਮੌਲਾ ਮੌਲਾ ਤਨਧੇਰ ਤਕਲੀਫ ਕਿੱਥੇ ਹੋਈ ਹੈ, ਹੈ ਮੌਲਾ ਤਨਧੇਰ ਤਕਲੀਫ ਕਿੱਥੇ ਹੋਈ? ਮੌਲਾ ਫਰਮਾਇਆ ਸ਼ਾਮ, ਭਲਾ ਹੋਵੇ ਜਦੀ ਹੈ ਨਿਕਲ ਆਈਏ। ਮੌਲਾ ਫਰਮਾਇਆ ਸ਼ਾਮ, ਮੌਲਾ ਫਰਮਾਇਆ ਮੈਨੂੰ ਸ਼ਾਮ ਦਾ ਇੱਕ ਮੋੜ ਨਹੀਂ ਖੁੱਲਦਾ, ਜਦੋਂ ਮੈਂ ਮੁੜ ਕੇ ਵੇਖਣਾ ਇੱਕ ਜ਼ਾਲਿਮ ਨੇ ਮੇਰੀ ਭੈਣ ਦੇ ਵਾਲਾਂ ਵਿੱਚ ਹੱਥ ਪਾਇਆ ਹੋਇਆ। ਉਸ ਵੇਲੇ ਮੇਰੀ ਭੈਣ ਰੋ ਕੇ ਆਉਂਦੀ ਹੈ, ਸਜਾਦ ਜ਼ਾਲਿਮ ਨੂੰ ਆਖ ਮੈਨੂੰ ਕੰਨ ਤੇ ਮਾਰੇ ਮੈਨੂੰ ਮੂੰਹ ਤੇ ਨਾ ਮਾਰੇ। ਸਜਾਦ ਉੱਥਾਂ ਮਰੇਂਦਾ ਹੈ ਜਿੱਥੇ ਮੇਰੇ ਬਾਬੇ ਦੀ ਬਹੁਤ ਸਗਾ ਹੈ। ਮੈਂ ਸਦਕੇ ਹੋ ਜਾਵਾਂ, ਮੈਂ ਸਦਕੇ। ਮੇਰੀ ਸਹਿਣ ਸਕੀਨਾ ਟੁਰਦੀ ਟੁਰਦੀ ਮਾਂ ਦੇ ਕੋਲ ਆਈਏ, ਨਿੱਕੇ ਨਿੱਕੇ ਹੱਥ ਬਨ ਕੇ ਆਉਂਦੀ, ਅੰਮਾ ਰੋ ਬਾਪ ਇੱਕ ਵਾਰੀ ਮੈਨੂੰ ਮੇਰਾ ਬਾਬਾ ਹੁਸੈਨ ਮਿਲਾ। ਅੰਮਾ ਮੈਂ ਬਾਬੇ ਨਾਲ ਕੁਝ ਗੱਲਾਂ ਕਰਨੀਆਂ ਨੇ। ਅਜ਼ਾਦਾਰਾ, ਮੇਰੀ ਸਹਿਣ ਧੀ ਦਾ ਹੱਥ ਨਾ ਪਿਆ ਏ, ਟੁਰਦੀ ਟੁਰਦੀ ਉੱਥੇ ਆਈ ਏ ਜਿੱਥੇ ਅਲੀ ਦੀ ਧੀ ਆਲੀਆ ਬੈਠਿਆ। ਬੀਬੀ ਆਖਿਆ, ਸਕੀਨਾ ਬੇਟਾ ਮੰਗ, ਫੁੱਪੀ ਕੋਲੋਂ ਮੰਗ, ਜੋ ਮੰਗ ਸੇ ਨਾ ਫੁੱਪੀ ਦੇ ਸੇ। ਇਸ ਜੁਮਲੇ ਤੇ ਮੈਂ ਮਾਂ ਬਾਰਗਾ ਹਲਦੇ ਬੈਠੇ ਨੇ, ਤੇਰੀ ਹਾਏ ਨਾ ਨਿਕਲੇ ਇਹ ਹੋ ਨਹੀਂ ਸਕਦਾ। ਨਿੱਕੇ ਨਿੱਕੇ ਹੱਥ ਬਨ ਕੇ ਆਉਂਦੀ, ਫੁੱਪੀ ਆ ਲਿਆ, ਫੁੱਪੀ ਆ ਲਿਆ, ਇਤਨਾ ਸਾਨੂੰ ਕਿਸੇ ਵੀ ਨਹੀਂ ਮਾਰਿਆ ਜਿਤਨਾ ਸ਼ਾਮ ਵਾਲਿਆ ਮਾਰਿਆ। ਰੋ ਕੇ ਆਉਂਦੀ, ਹੈ ਫੁੱਪੀ ਅੰਮਾ ਸ਼ਾਮ ਵਾਲਿਆ ਸਾਨੂੰ ਢੇਰ ਕਿਉਂ ਮਾਰਿਆ? ਬੀਬੀ ਆਖੇ, ਸਕੀਨਾ ਸਾਨੂੰ ਤਾਂ ਮਰੇਂਦੇ ਨੇ, ਸਾਡੀ ਮਾਂ ਦਾ ਨਾਂ ਜ਼ਹਰਾ, ਸਾਨੂੰ ਤਾਂ ਮਰੇਂਦੇ ਨੇ, ਸਾਡੇ ਬਾਬੇ ਦਾ ਨਾਂ ਅਲੀ। ਮੈਂ ਸਦਕੇ ਹੋ ਜਾਵਾਂ, ਮੈਂ ਸਦਕੇ। ਇੱਕ ਮੰਜ਼ਲ ਬੁਲੰਦ ਕਰੋ, ਇੱਥੇ ਹੀ ਮੈਂ ਪਹਿਲਾਂ ਵਹਿਣ ਕਰਾਂ। ਜ਼ਾਦਾਰਾ ਰੋ ਕੇ ਆਉਂਦੀ ਹੈ, ਫੁੱਪੀ ਅੰਮਾ ਇੱਕ ਵਾਰੀ ਮੈਨੂੰ ਮੇਰਾ ਬਾਬਾ ਹੁਸੈਨ ਮਿਲਾ, ਮੈਂ ਬਾਬੇ ਨਾਲ ਕੁਝ ਗੱਲਾਂ ਕਰਨੀਆਂ ਨੇ। ਅਲਹਮਦੁਲਿਲਾ, ਤੁਸੀਂ ਸਾਰੇ ਹੀ ਨਮਾਜ਼ੀ ਅਜ਼ਾਦਾਰ ਬੈਠੇ ਹੋ, ਸੋ ਇੱਕ ਗੱਲ ਦਾ ਜਵਾਬ ਦੇਣਾ। ਤੁਸੀਂ ਹਾਏ ਕਰੋਗੇ, ਮੈਨੂੰ ਗੱਲ ਦਾ ਪਤਾ ਲੱਗ ਜਾਏਗਾ। ਤੁਸੀਂ ਅਸੀਂ ਮੁਸੱਲੇ 'ਤੇ ਬੈਠੀਏ ਅਤੇ ਦੁਆਸ ਦੇ ਹੱਥ ਕਿਵੇਂ ਚਾਹੁੰਦੇ ਹਾਂ? ਪੂਰੀ ਤਵੱਜੋ ਨਾਲ ਅਜ਼ਾਦਾਰ ਆਉਂਦੇ ਰਾਹ ਸਰ, ਤੁਸੀਂ ਅਸੀਂ ਮੁਸੱਲੇ 'ਤੇ ਬੈਠੀਏ, ਇੰਝ ਕਰਕੇ ਦੁਆਸ ਦੇ ਹੱਥ ਚਾਹੁੰਦੇ ਨਾ। ਮੇਰੀ ਸੈਨ ਸਕੀਨਾ ਸਲਾਮੁੱਲਾ ਅਲੈਹਾ, ਮੇਰੀ ਅੱਬੀ ਬੀ ਸਲਾਮੁੱਲਾ ਅਲੈਹਾ, ਜਿਤਨੇ ਅਜ਼ਾਦਾਰ ਆਏ ਬੈਠੇ ਹੋ, ਬੀਬੀ ਆਲੀਆ ਸਲਾਮੁੱਲਾ ਅਲੈਹਾ, ਕਿਹਾ ਸਕੀਨਾ ਬੇਟਾ ਜਲਦੀ ਕਰ ਨਾ, ਅੱਲਾ ਕੋਲ ਦੁਆ ਮੰਗ, ਅੱਲਾ ਯਤੀਮਾਂ ਦੀ ਦੁਆ ਰੱਦ ਨਹੀਂ ਕਰਦਾ। ਤੁਸੀਂ ਨਮਾਜ਼ੀ ਅਜ਼ਾਦਾਰ ਬੈਠੇ ਹੋ, ਤੁਸੀਂ ਅਸੀਂ ਮੁਸੱਲੇ 'ਤੇ ਬੈਠੀਏ ਅਤੇ ਦੁਆਸ ਦੇ ਹੱਥ ਕਿਵੇਂ ਚਾਹੁੰਦੇ ਹਾਂ? ਇੰਝ ਕਰਕੇ ਚਾਹੁੰਦੇ ਨਾ, ਲਿਆ ਕੁਰਾਨ ਮੈਂ ਹੱਥ ਰੱਖ ਦੇਣਾ, ਹੁਸੈਨ ਦੀ ਧੀ ਦੁਆਸ ਦੇ ਹੱਥ ਕਿਵੇਂ ਚਾਹੇ? ਇੰਝ ਗਰਦਨ ਦੇ ਨਾਲ ਯਾਰ ਅਮੀਰ ਉਹ ਬੰਦਾ ਜਿਹਦੀ ਹਾਏ ਨਾ ਨਿਕਲੀ, ਇੰਝ ਹੱਥ ਜੋੜ ਕੇ ਆਸਮਾਨ ਵਾਲੇ ਪਾਸੇ ਮੂੰਹ ਕਰਕੇ ਆਉਂਦੀ ਏ, ਹੁਸੈਨ ਦਾ ਅੱਲਾ, ਹੁਸੈਨ ਦਾ ਅੱਲਾ, ਇੱਕ ਵਾਰੀ ਮੈਨੂੰ ਮੇਰਾ ਬਾਬਾ ਹੁਸੈਨ ਮਿਲਾ। ਇਹ ਤਨ ਸਾਰਿਆਂ ਨੂੰ ਪਤਾ, ਜਿਹੜਾ ਆਕਾ ਇਮਾਮ ਹੁਸੈਨ ਅਲੈ ਸਲਾਮ ਦਾ ਸਰ ਮੁਬਾਰਕ ਆਈ, ਇਹ ਯਜ਼ੀਦ ਕਮੀਨੇ ਦੇ ਦਰਬਾਰ ਵਿੱਚ ਆਈ। ਅਜ਼ਾਦਾਰੋ, ਧੀ ਦੀ ਆਵਾਜ਼ ਆਕਾ ਇਮਾਮ ਹੁਸੈਨ ਅਲੈ ਸਲਾਮ ਦੇ ਕੰਨਾਂ ਤਾਈਂ ਪਹੁੰਚੀ, ਤਾਂ ਫਿਰ ਜਿਹੜਾ ਆਕਾ ਇਮਾਮ ਹੁਸੈਨ ਅਲੈ ਸਲਾਮ ਦਾ ਸਰ ਮੁਬਾਰਕ ਹੋਈ, ਉਹ ਪਰਵਾਜ਼ ਕਰਨਾ ਸ਼ੁਰੂ ਹੋਇਆ।
ਫਿਰ ਜਿਹੜੇ ਯਜ਼ੀਦ ਦੇ ਸਿਪਾਹੀਆਂ ਇਹਨਾਂ ਜਲਦੀਆਂ ਨਾਲ ਖਿੜਕੀਆਂ ਦੇ ਦਰਵਾਜ਼ੇ ਬੰਦ ਕਰ ਲਏ। ਇਹਨਾਂ ਆਖਿਆ ਜੇ ਮਜ਼ਲੂਮੇ ਕਰਬਲਾ ਦਾ ਸਰ ਬਾਹਰ ਕਰ ਚਲਾ ਗਿਆ ਤੋ ਯਜ਼ੀਦ ਸਾਨੂੰ ਕਤਲ ਕਰਾ ਦੇ ਸੀ। ਅਜ਼ਾਦਾਰੋ ਮੁੱਕੀ ਇਸ ਜੁਮਲੇ ਤੇ ਮਜਲਸ, ਆਕਾ ਇਮਾਮ ਹੁਸੈਨ ਅਲੈਹਿ ਸਲਾਮ ਦੇ ਸਰ ਦੀ ਕਿਹੜੀ ਹਾਲਤ ਹੈ? ਪਰਵਾਜ਼ ਹੁੰਦਾ ਹੈ, ਕਦੀ ਸੱਜੀ ਦੀਵਾਰ ਨਾ ਲੱਗਦਾ ਹੈ, ਕਦੀ ਖੱਬੀ ਦੀਵਾਰ ਨਾ ਲੱਗਦਾ ਹੈ। ਲਿਆ ਕੁਰਾਨ ਮੈਂ ਹੱਥ ਰੱਖ ਦੇਣਾ, ਖਿੜਕੀਆਂ ਦੇ ਦਰਵਾਜ਼ੇ ਨਹੀਂ ਖੁੱਲੇ, ਛੱਤ ਦੇ ਦੋ ਟੁਕੜੇ ਹੋ ਗਏ। ਮਜ਼ਲੂਮੇ ਕਰਬਲਾ ਦਾ ਸਰ ਪਰਵਾਜ਼ ਕਰਦਾ ਕਰਦਾ ਸੈਯਦ ਸਜਾਦ ਦੇ ਹੱਥਾਂ ਤੇ ਆਇਆ ਹੈ। ਤਾਂ ਸ਼ਿਮਰ ਨਾਲ ਨਾ ਲਾਇ, ਤਾਂ ਸ਼ਿਮਰਾਂ ਦਾ ਸਜਾਦ ਮੈਂ ਆਇਆ ਤੇਰੀਆਂ ਭੈਣਾਂ ਵਾਸਤੇ, ਹੁਸੈਨ ਦੀਆਂ ਭੈਣਾਂ ਵਿੱਚੋਂ ਕੋਈ ਹੱਥ ਨਾ ਲਾਵੇ। ਉਹ ਮੈਂ ਸਦਕੇ ਹੋ ਜਾਵਾਂ, ਉਹ ਮੈਂ ਬੀਬੀ ਆਲੀਆ ਕੇ ਸਜਾਦ ਫਿਰਾ ਵੀ ਮੇਰਾ ਮਾਰਿਆ ਹੈ ਤੇ ਹੱਥ ਵੀ ਮੈਂ ਉਜੜੀ ਨੂੰ ਨਹੀਂ ਲਾਉਣ ਦਿੰਦੇ ਪਏ। ਸਜਾਦ ਪਹਿਲੇ ਤੇ ਵੀ ਕਿਸੇ ਰੋਵਣ ਨਹੀਂ ਦਿੱਤਾ, ਨਿਭ ਗਈਏ ਚੱਲ ਚਲੀ ਅਜ਼ਾਦਾਰ ਆਓ ਪਹਿਲਾਂ ਵਹਿਣ ਕਰੀਏ। ਮੁੱਦਤ ਦੇ ਬਾਅਦ ਸੈਯਦ ਸਜਾਦ ਕੋ ਬਾਬੇ ਦਾ ਸਰ ਮਿਲੇ। ਮੁੱਦਤ ਦੇ ਬਾਅਦ ਸੈਯਦ ਸਜਾਦ ਆਖਿਆ, ਬਾਕਿਰ ਲਾਲ ਜੀ ਮੇਰਾ ਕੈਦੀ ਬਾਬਾ, ਪੁੱਤਰ ਜਲਦੀ ਕਰ, ਜ਼ਰਾ ਦਾਦੇ ਹੁਸੈਨ ਦੇ ਮੂੰਹ ਤੋਂ ਰੁਮਾਲ ਹਟਾ, ਮੈਂ ਵੇਖਾਂ ਤੇ ਸਹੀ ਜਿਹੜਾ ਜਬਰਾਇਲ ਦੇ ਪਰਾਂ ਤੇ ਸਮਦਾ ਹਾਈ, ਉਸ ਦੀ ਸ਼ਾਮ ਵਿੱਚ ਕਿਵੇਂ ਦਿਲਬਦੀ ਹਾਈ। ਅਜ਼ਾਦਾਰੋ ਮੈਨੂੰ ਮਿੰਬਰ ਦੀ ਇੱਜ਼ਤ ਦੀ ਕਸਮ ਹੈ, ਜਿਹੜੇ ਵੇਲੇ ਬਾਕਿਰ ਮੌਲਾ ਦਾਦੇ ਹੁਸੈਨ ਦੇ ਮੂੰਹ ਤੋਂ ਰੁਮਾਲ ਹਟਾਇਆ ਤਾਂ ਪੂਰਾ ਮੂੰਹ ਸੱਚ ਪੀ। ਸਜਾਦਾ ਦੇ ਬਾਬਾ ਅੱਖਾਂ ਖੋਲੋ, ਸ਼ਾਮ ਦਾ ਬੁਲੜਾ ਕੈਦੀ ਮਿਲਣ ਆਇਆ ਹੈ। ਸਜਾਦਾ ਦੇ ਬਾਬਾ ਅਕਬਰ ਦੀ ਲਾਸ਼ ਚਾਉਣੀ ਸੌਖੀ, ਕਾਸਿਮ ਦੇ ਟੁਕੜੇ ਚਾਉਣੇ ਸੌਖੇ। ਸਜਾਦਾ ਦੇ ਬਾਬਾ ਅੰਨੋ ਲੱਗਦੀਆਂ ਛਿੜਕਾਂ ਸੌਖੀਆਂ, ਫੱਜਦੇ ਘੋੜੇ ਤੋਂ ਲੱਗਣਾ ਸੌਖਾ। ਹੁਸੈਨ ਦੀ ਧੀ ਲੱਗੀ ਆਈ ਆ ਕੇ ਨਿੱਕੇ ਨਿੱਕੇ ਹੱਥਾਂ ਨਾਲ ਸਜਾਦ ਜ਼ੰਜੀਰ ਹਲਾਏ। ਵੇ ਸਜਾਦ ਫਿਰਾ ਮੈਨੂੰ ਅੱਲਾ ਦੇ ਨਾਂ ਤੇ ਦੱਸਾ, ਮੇਰੇ ਤੇ ਮੇਰੇ ਬਾਬੇ ਦੀ ਮੁਲਾਕਾਤ ਤੇ ਕੌਣ ਆਇਆ ਹੈ? ਸਜਾਦ ਆਈ